ਸਬਸਕ੍ਰਾਈਬ ਕਰੋ ਪੰਜਾਬ ਐਚਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ। ਹਾਏ ਹਾਲੇ ਉਮਰ ਸੀ ਗੁੱਡੀਆਂ ਪਟੋਲੇ ਆਂਦੀ, ਕੀ ਪਤਾ ਸੀ ਮੈਲੀ ਪਗਦਾਨ। ਮੈਂ ਤਾਂ ਬਚਪਨ ਆਪਣਾ ਹੰਡਾਉਂਦੀ ਸੀ, ਕੀ ਪਤਾ ਸੀ ਕੋ ਲੈਣੇ ਜਗਦਾਨ। ਹਾਂ ਐਡਾ ਕੀਤਾ ਜ਼ੁਲਮ ਰਤਾਵੀ, ਦਿਲੋਂ ਨਾ ਦਾ ਡੋਲਿਆ ਨਾ। ਮੈਂ ਜਿਸ ਭਗਵਾਨ ਨੂੰ ਪੂਜਣ ਗਈ, ਮੇਰੇ ਹੱਕ ਵਿੱਚ ਉਹ ਵੀ ਬੋਲਿਆ ਨਾ। ਨਾ ਮੰਗ ਕਰੀ ਇਨਸਾਫਾਂ ਦੀ, ਤੇ ਕਿਸੇ ਕੋਲ ਮੇਰਾ ਜ਼ਿਕਰ ਕਰੀ ਨਾ। ਹਾਏ ਫਿਕਰ ਕਰੀ ਨਾ, ਨੀ ਮਾਂ ਮੇਰਾ ਫਿਕਰ ਕਰੀ ਨਾ। ਤੂੰ ਫਿਕਰ ਕਰੀ ਨਾ, ਨੀ ਮਾਂ ਮੇਰਾ ਫਿਕਰ ਕਰੀ ਨਾ। ਉਸੇ ਗੱਲ ਹੀ ਮੈਂ ਤੁਹਾਡਾ ਆਪਣਾ ਅਰਨਿਤ। ਪਿਛਲੇ ਦਿਨੀ ਕਾਫੀ ਪਿਕਸ ਜੋ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲੇ ਨੇ, ਅਸ਼ੀਫਾ ਨਾਂ ਦੀ ਇੱਕ ਬੱਚੀ। ਸੋ ਮੈਂ ਚਾਹੁੰਦਾ ਜਿਨ੍ਹਾਂ ਨੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੋ ਇਹ ਚੰਦ ਸ਼ਬਦ ਉਸ ਬੱਚੀ ਨੂੰ ਸਮਰਪਿਤ। ਪਰਮਾਤਮਾ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ, ਅਤੇ ਇਹ ਜ਼ੁਲਮ ਸਹਿਣ ਕਰਨ ਦੀ ਉਹਨਾਂ ਦੇ ਮਾਤਾ ਪਿਤਾ ਨੂੰ ਪਰਮਾਤਮਾ ਤਾਕਤ ਬਖਸ਼ੇ। ਥੈਂਕ ਯੂ। ਸਬਸਕ੍ਰਾਈਬ ਕਰੋ ਪੰਜਾਬ ਐਚਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ।